ਤੇ ਬਹੁਤ ਦਿਨ ਹੋ ਗਏ ਯਾਰ ਗਏ ਨਹੀਂ ਯੋਗਰ ਪਾਰਕ, ਤੇ ਸੋਚਿਆ ਯਾਰ ਅੱਜ ਯੋਗਰ ਪਾਰਕ ਜਾਈਏ। ਇੱਕ ਹੋਰ ਮਾਰ ਦਿੰਦਾ 50 ਹੋ ਜਾਣੀ ਸੀ ਬੰਦੇ ਪੰਛੇ ਖਾ ਖਾ ਗਈ ਹਾ ਛੋੜਨਾ ਭਜੇ ਨਹੀਂ ਆਉਂਦਾ। ਆਫ ਜਮਨੀ ਸ਼ੁਰੂ ਹੋ ਗਈ। देखो गाइस पूड़ियां छोले ने खोले पर ठेका सिरे सिरे खोल गया ते ठेके ते गाहक भी है। बन रही है गाइस पूड़ियां छोले, वो देखो। थैंक यू बेटे। ओ सवेर दा व्यू है गाइस योगर्स पार्क दा। कोफ्ता पाने खा लेने। हाँ जी गाइज की हाल चाल ने, ते टाइम सवेर दे 6 बज चुके हुए ने, ते वेलकम बैक टू द चैनल गाइज। किदा हो सारे, होप करदा कि सारे जने ठीक होंगे, ते मैं भी बिल्कुल ठीक हाँ। ते सुबह सुबह गाइज आपां चले आ योगर पार्क रनिंग करन वास्ते, ते बहुत दिन हो गए यार गए नहीं योगर पार्क, ते सोचा यार अज योगर पार्क जाइए। वैसे तो ठंड बहुत चुकी हुई आ, ते चानण भी नहीं होया हजे। चानण हुंदा यार 6:30 बज ही आंदे, चानण हुंदा ना 6:15, थोड़ा थोड़ा चैनल होना स्टार्ट होंदा। ये जाने योगर पार्क, तो देखते हैं अगे ब्लॉग च की कुछ होंदा, जुड़े रहियो ते चलदे आ। ਤੇ ਗਾਈਸ ਉਦੇ ਪ੍ਰਤਾਪ ਵੀ ਆ ਚੁੱਕਿਆ ਹੋਇਆ ਸਵੇਰੇ ਸਵੇਰੇ। ਗੁੱਡ ਮਾਰਨਿੰਗ ਉਦੇ ਪ੍ਰਤਾਪ ਜੀ। ਗੁੱਡ ਮਾਰਨਿੰਗ। ਤੇ ਚਲਦੇ ਆ ਰਨਿੰਗ ਕਰਨ ਵਾਸਤੇ, ਤੇ ਦੇਖਦੇ ਆ ਅੱਜ ਉਦੇ ਪ੍ਰਤਾਪ ਕਿੰਨੇ ਗੇੜ ਲਾਉਂਦਾ। ਚਲਦੇ ਆ। ਤੇ ਪਹੁੰਚ ਚੁੱਕੇ ਆ ਗਾਈਸ ਯੋਗਰ ਪਾਰਕ। ਆਹ ਵਿਊ ਆ ਯੋਗਰ ਪਾਰਕ ਦਾ ਸਵੇਰ ਸਵੇਰ ਦਾ। ਤੇ ਚਾਨਣ ਹਜੇ ਤੱਕ ਚੜਿਆ ਨਹੀਂ ਯਾਰ, 6:30 ਹੋ ਗਏ। ये चैनल लेट नहीं होने लग गया उदे? ठंड उस दिन असी गए सी ना सुबह सुबह, ते असी नोट किया किन्ने बजे होंदा चैनल, 6:15 बजे हो जाता सीगा। तुसी ब्लॉग देखा होवे इक, उस असी दस्या सीगा। नहीं गर्मियां नहीं सी यार, ठंड पैनी शुरू हुई सी। आ लाइट्स इन्हां ने नवीं लातियां, जो पहला पहला आंदे सी उदों लाइट्स नहीं सी आ रही। पैनी शुरू हुई थी ना उदों ठंड, ते हुण ठंड आउण लग गई है। बाकी की होर लेट हुंदा जो करदे आ रनिंग, ते चैनल चढ़दा फिर मिलदे आ तुहानूं। तो गाइस 7 बज चुके हो पूरे पूरे, तो हूँ थोड़े जे चानन चढ़िया। तो ये चंद्रमा है कि सूरज है? ये चंद्रमा ही आ। तो इतने पुशअप्स लाने वास्ते आए हैं। आ देख लोग रनिंग करने आते कि मोमोस खाने आते हैं। इतने मोमोस मिले कितने? सुबह सुबह नहीं होने, शाम को कपल्स आते हैं कई। इतने तो पुशअप्स लाइए आप, चल लाओ तो पुशअप्स। देखो गई बबन 100 पुशअप्स लगा, काउंटिंग में मार ला बोल। 14 15 30 34 40 42 44 48 एक होर मार देना 50 हो जाने सी बबन चेहरा। 50 हो गए भाई। एक रैंड पहला लाए सी ना, पहला ही सी। हाँ। जिम चो अटक गए, नहीं तो होर भी ला लेने। करते हैं गाइस रनिंग शुरू। ये गेट तो कटिए पूरा, हमने पुशअप ला गया, हमने साहस आई हो जाना देखियो, क्योंकि पहला भी तुरे है ना। हौली भज ना, नहीं चढ़ूंगा मेरे नाम मिला भाई भज। चल कौन तेज हो खा 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 के खा छोड़ना भजे नहीं आना औखा यार भजना। साहस आई हो गया थोड़ा जहा भज के। जाना उधर पहुंच के आगे वाली
ਆ ਸਵੇਰ ਦਾ ਵਿਊ ਆ ਗਾਈਸ ਯੋਗਰਸ ਪਾਰਕ ਦਾ ਵਧੀਆ ਯਾਰ ਪਹਿਲਾਂ ਨਾਲੋਂ ਕਾਫੀ ਵਧੀਆ ਬਣ ਗਿਆ ਤੇ ਉਹ ਦੇਖ ਸਾਹਮਣੇ ਤੋਂ ਰਨਿੰਗ ਕਰ ਲਈ ਹੋਈ ਹੈ ਗਾਈਸ ਅੱਜ ਵਾਸਤੇ ਇੰਨੀ ਬਹੁਤ ਆ ਜਿੰਨੀ ਥੋੜ੍ਹੀ ਬਹੁਤੀ ਤਿੰਨ ਚਾਰ ਗੇੜੇ ਲਾਲੇ ਅਤੇ ਸਾਊ ਸਾਈ ਹੋ ਗਿਆ ਅਤੇ ਅੱਜ ਧੁੰਦ ਨਹੀਂ ਆ ਪਹਿਲਾਂ ਪਹਿਲਾਂ ਧੂੰਆਂ ਸੀਗਾ ਉਹ ਪਰਾਲੀ ਕਰਕੇ ਸੀਗਾ ਬਟ ਅੱਜ ਧੁੰਦ ਨਹੀਂ ਆ ਜ਼ਿਆਦਾ ਸ਼ਹਿਰ ਤੋਂ ਬਾਹਰ ਹੋ ਸਕਦੀ ਆ ਹਾਈਵੇ 'ਤੇ ਪਰ ਇੱਥੇ ਨਹੀਂ ਆ ਇਹ ਹੁਣੇ ਲਿਖੇ ਆ ਪਹਿਲਾਂ ਨਹੀਂ ਹੈ ਨਹੀਂ ਸੀ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਅਤੇ ਗਾਈਸ ਹੁਣ ਆਪਾਂ ਚੱਲੇ ਹਾਂ ਪੂੜੀਆਂ ਛੋਲੇ ਖਾਣ ਵਾਸਤੇ ਕਿਉਂਕਿ ਇੱਕ ਦੋ ਦਿਨ ਤੋਂ ਬਹੁਤ ਮਨ ਸੀਗਾ ਵੀ ਪੂੜੀਆਂ ਛੋਲੇ ਖਾਈਏ ਅਤੇ ਹੁਣ ਚੱਲੇ ਹਾਂ ਪੂੜੀਆਂ ਛੋਲੇ ਖਾਣ ਵਾਸਤੇ ਅਤੇ ਕੱਲ੍ਹ ਵੀ ਸੁਬਹਾ ਉੱਠੇ ਹੋਏ ਸੀਗੇ ਕੱਲ੍ਹ ਵੀ ਸੋਚਿਆ ਸੀ ਪੂੜੀ ਛੋਲੇ ਖਾਵਾਂਗੇ ਫਿਰ ਸੋਚਿਆ ਹੁਣ ਕੱਲ੍ਹ ਹੀ ਖਾਵਾਂਗੇ ਉਦੇ ਪ੍ਰਤਾਪ ਨਾਲ ਅਤੇ ਹੁਣ ਪੂੜੀਆਂ ਛੋਲੇ ਖਾਣ ਚੱਲੇ ਹਾਂ ਆਪਾਂ ਲਕਸ਼ਮਣ ਦਾਸ ਖਾਂਦੇ ਹਾਂ ਨਾਲੇ ਤੁਹਾਨੂੰ ਵੀ ਖਾਂਦੇ ਹਾਂ ਚਲੋ ਰਨਿੰਗ ਤੋਂ ਬਾਅਦ ਪੂੜੀਆਂ ਛੋਲੇ ਪੈਦਾ ਸਾਰਾ ਕੀ ਪੈਦਾ ਕੀ ਹੋਇਆ ਬਟ ਯਾਰ ਢਿੱਡ ਵੀ ਦੇਖਣਾ ਆਪਣਾ ਮੂੰਹ ਦਾ ਟੇਸਟ ਵੀ ਦੇਖਣਾ ਕੋਈ ਨਹੀਂ ਘਟਾ ਲਾਂਗੇ ਫਿਰ ਭਾਰ ਆਪਾਂ ਔਫ ਜਮਨੀ ਸ਼ੁਰੂ ਹੋ ਗਈ ਸਭ ਕੁਝ ਬੰਦ ਆ ਹਜੇ ਤੱਕ ਕਿਉਂਕਿ ਹਜੇ ਟਾਈਮ ਕੀ ਹੋਇਆ ਉਹਦੇ ਪਰ ਤਾਂ 7:30 7:30 ਹੋਇਆ ਯਾਰ ਸਹੀ ਹੋਇਆ ਸਾਰੇ ਚੀਜ਼ਾਂ ਬੰਦ ਆ 8 ਵਜੇ ਤੱਕ ਖੁੱਲਦੀਆਂ 8:30 ਵਜੇ ਤੱਕ ਚਲੋ ਕੋਈ ਨਹੀਂ ਹਜੇ ਢਿੱਡ ਨੂੰ ਇੰਤਜ਼ਾਰ ਕਰਦੇ ਹਾਂ ਅਤੇ ਘਰੇ ਜਾਂਦੇ ਬਾਅਦ ਚੋਂ ਖਾਣ ਆਵਾਂਗੇ ਇੱਥੇ ਹੁਣ ਨਾਨ ਵਾਲੇ ਆ ਪਰੌਂਠੇ ਵਾਲੇ ਇਹ ਆਪਾਂ ਖਾਣੇ ਨਹੀਂ ਵੈਸੇ ਇੱਕ ਚੀਜ਼ ਦਾ ਫਾਇਦਾ ਹੋ ਗਿਆ ਕੀ ਆਪਾਂ ਗੱਡੀ 'ਚ ਗਏ ਆਪਾਂ ਠੰਡੇ ਨਹੀਂ ਹੋਏ ਨਹੀਂ ਤਾਂ ਸਭ ਤੋਂ ਖਤਰਨਾਕ ਪਤਾ ਮਿੱਤਰ ਜੀ ਕੀ ਹੁੰਦਾ ਉਹ ਐਕਸਰਸਾਈਜ਼ ਕਰਨ ਤੋਂ ਬਾਅਦ ਠੰਡੇ ਹੋਣਾ ਹਾਂ ਦੇਖੋ ਗਾਈਸ ਪੂੜੀਆਂ ਛੋਲੇ ਨੇ ਖੁੱਲੇ ਪਰ ਠੇਕਾ ਸਿਰੇ ਸਿਰੇ ਖੁੱਲ ਗਿਆ ਤੇ ਠੇਕੇ ਦੇ ਗਾਹਕ ਵੀ ਹੈ ਐ ਨਹੀਂ ਵੀ ਠੇਕਾ ਖਾਲੀ ਪਿਆ ਉਹਦੇ ਨੂੰ ਛੱਡਤਾ ਹੋਇਆ ਗਾਈਸ ਤੇ ਹੁਣ ਆਪਾਂ ਚੱਲੇ ਆ ਘਰ ਵੱਲ ਨੂੰ ਦੇਖਦੇ ਯਾਰ ਕੁਝ ਖਾਣ ਪੀਣ ਦਾ ਹੋਇਆ ਰਸਤੇ 'ਚ ਮੈਂ ਕੁਝ ਖਾ ਲੂੰਗਾ ਯਾਰ ਕਿਉਂਕਿ ਭੁੱਖ ਲੱਗ ਰਹੀ ਮੈਨੂੰ ਤੇ ਚਲੀਏ ਉਹ ਵਾਹਿਗੁਰੂ ਇੱਧਰੋਂ ਜਾਣਾ ਪੈਣਾ ਹਜੇ 22 ਸੈਕਿੰਡ ਪਏ ਨੇ ਸਾਹਮਣੇ ਚਾਹ ਹੈ ਬਟ ਚਾਹ ਨਹੀਂ ਮਿਲੀ ਯਾਰ ਬਹੁਤ ਕੁਝ ਸੀ ਆਉਂਦੇ ਆਉਂਦੇ ਮੈਂ ਕਹਿ ਸੋਚਿਆ ਵੀ ਫਿਰ ਗੇੜਾ ਮਾਰੀ ਜਾਈਏ ਵੀ ਦੁਕਾਨ ਖੋਲੇਗੀ ਪੂੜੀਆਂ ਛੋਲਿਆਂ ਦੀ ਕਿਉਂਕਿ ਭੁੱਖ ਬੜੀ ਜ਼ਿਆਦਾ ਲੱਗ ਰਹੀ ਆ ਅਤੇ ਖਾਣੇ ਹੁਣ ਪੂੜੇ ਛੋਲੇ ਦੁਕਾਨ ਖੋਲ ਗਈ ਹੋਈ ਆ ਆ ਜਾਓ ਪੂੜੀਆਂ ਨੇ ਇੱਥੇ ਖਾ ਲਾਂਗੇ ਗਾਰ 'ਚ ਯਾਰ ਅੰਦਰ ਕੌਣ ਬਹਿ ਕੇ ਖਾਊਗਾ ਬਣ ਰਹੀ ਆ ਗਾਈਸ ਪੂੜੀਆਂ ਛੋਲੇ ਉਹ ਦੇਖੋ ਅਤੇ ਇੱਥੇ ਬਹਿ ਕੇ ਖਾ ਲਾਂਗੇ ਯਾਰ ਅੰਦਰ ਕਿਹੜਾ ਬਹਿ ਕੇ ਖਾਵੇ ਗੱਲੇ 'ਚ ਸ਼ਰਮ ਆਉਂਦੀ ਆ ਥੋੜ੍ਹੀ ਥੋੜ੍ਹੀ ਅਤੇ ਆਉਂਦੀ ਹੈ ਵਿਖਾਉਂਦੇ ਹਾਂ ਤੁਹਾਨੂੰ ਆਹ ਚੀਜ਼ ਮੈਂ ਸੋਚ ਰਿਹਾ ਵੀ ਇੱਥੇ ਲਾ ਲਾਂ ਇੱਥੇ ਰੱਖ ਕੇ ਖਾ ਲੂੰਗਾ ਨਾਲੇ ਮੈਨੂੰ ਫੋਨ ਕੈਰੀ ਕਰਨ ਦੀ ਉਹ ਨਹੀਂ ਹੋਊਗੀ ਪੀਪਣੀ ਵੱਜ ਗਈ ਇਹਨੂੰ ਐਂ ਕਰਕੇ ਲੱਤਦਾ ਹੁੰਦਾ ਏ ਇੱਕ ਮਿੰਟ ਖਿੱਚ ਕੇ ਲਾਉਣਾ ਪੈਣਾ ਇੱਕ ਮਿੰਟ ਠੀਕ ਹੈ ਗਾਈਸ ਗਮ ਲੱਗੀ ਹੋਈ ਆ ਪੂਰੀ ਚੰਗੀ ਤਰ੍ਹਾਂ ਆਏ ਇੱਥੇ ਜੇ ਲਾ ਦਈਏ ਥੈਂਕ ਯੂ ਬੇਟੇ ਹੋ ਪੂੜੀਆਂ ਛੋਲੇ ਗਾਈਸ ਆ ਚੁੱਕੇ ਹੋਏ ਨੇ ਆਹ ਨਜ਼ਾਰਾ ਯਾਰ ਪੂੜੀਆਂ ਛੋਲੇ ਆ ਛੋਲੇ ਦੀ ਸਬਜ਼ੀ ਅਤੇ ਨਾਲ ਪਿਆਜ ਹੁਣ ਫੋਨ ਨੂੰ ਆਪਾਂ ਇੱਥੇ ਲਾ ਦਈਏ ਮੈਂ ਗਾਈਸ ਹੁਣ ਪੂਰਾ ਆ ਰਿਹਾ ਕਿ ਨਹੀਂ ਇਹ ਰੱਬ ਆਸ ਰਿਹਾ ਵੀ ਵੀਡੀਓ ਬਣ ਰਹੀ ਹੈ ਕਿ ਨਹੀਂ ਪੂੜੀਆਂ ਛੋਲੇ ਆ ਰਹੇ ਕਿ ਨਹੀਂ ਆ ਰਹੇ ਸਿਰੇ ਸਿਰੇ ਪੂੜੀਆਂ ਛੋਲੇ ਦੇ ਨਜ਼ਾਰੇ ਹੋ ਸਕਦੇ ਗਾਣੇ ਵਾਲੀ ਹੈ ਨਾ ਯਾਰ ਹਲਕੀ ਦੀ ਬਾਤ ਨਹੀਂ ਪਰ ਕਾਪੀਰਾਈਟ ਵੀ ਆਇਆ ਓਹੋ ਸਿਰਾ ਗੱਲਬਾਤ ਹੈ ਯਾਰ ਸਵੇਰੇ ਸਵੇਰੇ ਪੂੜੀਆਂ ਛੋਲੇ ਦੀ ਵਿੱਚ ਦਹੀਂ ਅਤੇ ਕੋਫਤਾ ਵੀ ਆ ਕੋਫਤਾ ਆਪਾਂ ਐਵੇਂ ਹੀ ਖਾ ਲੈਂਦੇ ਹਾਂ
किन्ना मन करता यार जो फूड ब्लॉग होंदा भी खान जाइए यार आप भी मैं तो किसी का भी फूड ब्लॉग देखता ना मैं ऐ होंगे यार मैं आप खान पीन चल जा मैनू लगता बठिंडे च इको दुकान आवेली श्री लक्ष्मण दास पूरी छोले वाले जितों पूड़िया छोले मिलते सवेरे सवेरे बाकी तो सारा शहर देख लिया कितों नहीं पूड़िया छोले मिलते सवेरे सवेरे प्रमोशन प्रमोशन नहीं है गाइस वैसे ही दस लिया तुम यार सोलो व्लॉगिंग करनी सौखी है कि औखी है मैं कल्ला बोली जाना मैं आदत पी है मैं ऐ लगता यार मैं इन्नी सारी ऑडियंस ना गल करी जाना मतलब जेडे भी तुम देखते हो मेरे हिसाब ना मेरे अकॉर्डिंग सौखी है सोलो व्लॉगिंग सोलो ट्रैवल करा यार मैं लगता मैं करूँगा कोई नहीं पेपर खत्म होने पेपर शुरू होने वाले अपने कॉलेज वाले उस बाद करूँगा सोलो वधिया ना यार ना किसी पूछना ना किसी पूछना जो मन करता वो कर लो आ फायदा सोलो व्लॉगिंग का सोलो ट्रैवल का भी पूड़िया खत्म हो चुकी हुई छोले खाने पूड़िया डन गाइस खा चुके हुए हैं तो प्राइस इनका है हज प्राइस मैं आपको भी पता मैं पूछ के आना दे के आना पैसे कि 60 की होनी है या 70 की होनी है देखते हैं आ गया 60 रुपए की प्लेट ही है गाइस तो अज यार पता नहीं क्यों नहीं भीड़ नहीं तो दुकान से रश बहुत पिया होंगे सवेरे सवेरी शायद हूँ खुली हो करके सर्दियों करके टाइम चेंज हो गया हो चलते हैं हूँ आप गोल डिग्गी से गाइस जो किसी आना होड़िया खाने गोल डिग्गी मेज से आ हूँ आप चले हाँ एक काम जाना उस बाद घर जाने हाँ जी गाइस तो घर आ चुके हुए हैं तो पूड़िया छोले खा के हूँ इन्नी ज़्यादा नींद आ रही है ना तो टाइम 9 बज चुके हुए तो हजे यार कुछ करना तो है नहीं ना कॉलेज जाना क्योंकि कल पेपर आ पेपर देने जावे सीधा तो कॉलेज जाने का फायदा भी वैसे भी उन्होंने फ्री करता हो ब्लॉग में इतने लाश कर दिया मैं सोच रहा मैं थोड़ा टाइम सो जा जा थोड़ा ब्लॉग एडिट कर ला फिर सो जूँगा थोड़ा टाइम तो फिर उस तो बाद एडिट करके अज ही पा दा तो हूँ ब्लॉग लास्ट करते हैं यार बस हो गई सवेरे उठ के फिलहाल तो भज के सह चढ़ गया उत्तों यार सुते राती 2 बजे से 5 बजे उठना तुहानू पता है फिर नींद तो आती है यार 3 घंटे कितने नींद पूरी होंगी है तो जे ब्लॉग इंजॉय किया हो तो ब्लॉग में करो लाइक कमेंट शेयर चैनल करो सबसक्राइब मिलते हैं अगले ब्लॉग टिल दैन बाय बाय टेक केयर गुड मॉर्निंग है वैसे ही मैं सोन लगा गुड नाइट 2-3 घंटे सोने फिर उठ के ब्लॉग एडिट करा बाय बाय टेक केयर फोन ही डिग गया सी है हमारे ना